ਕੁਛ ਨਾ ਕੁਛ ਇਹਨਾਂ ਕਹਿੰਦੇ ਰਹਿਣਾ। ਅੱਜ ਤੋਂ ਹਫ਼ਤਾ 10 ਦਿਨ ਪਹਿਲਾਂ ਸਾਨੂੰ ਕਹਿ ਰਹੇ ਸੀ ਫੜਦੇ ਨਹੀਂ, ਕਮਜ਼ੋਰ ਸਰਕਾਰ ਹੈ, ਇਹਨਾਂ ਅਜਨਾਲੇ ਵਾਲਾ ਇੰਸੀਡੈਂਟ ਹੋਣ ਦਿੱਤਾ। ਜੇ ਹੁਣ ਐਕਸ਼ਨ ਲਿਆ ਆ ਤਾਂ ਹੁਣ ਕਹਿੰਦੇ ਜੀ ਕੀਤਾ ਕਿਉਂ ਆ। ਸੋ ਇਹਨਾਂ ਨੇ ਸੈਟਿਸਫਾਈ ਨਹੀਂ ਹੋਣਾ, ਇਰਸਪੋਂਸੀਬਲ ਬੰਦੇ ਨੇ, ਬਾਹਰ ਚਲੇ ਜਾਂਦੇ ਨੇ, ਬਾਹਰ ਜਾ ਕੇ ਪ੍ਰੈਸ ਨੂੰ ਐਡਰੈਸ ਕਰਦੇ ਰਹਿੰਦੇ, ਅੰਦਰ ਬਹਿ ਕੇ ਗੱਲ ਨਹੀਂ ਕਰਦੇ। ਇੰਨੇ ਵੱਡੇ ਵੱਡੇ ਮੁੱਦੇ ਸੀ ਅੱਜ, ਪਾਣੀ ਦਾ ਮੁੱਦਾ ਸੀਗਾ, ਜਿਹੜਾ ਸੈਸ ਲਾਤਾ ਸਾਨੂੰ ਹਿਮਾਚਲ ਨੇ, ਉਹ ਐਡਾ ਇੰਪੋਰਟੈਂਟ ਮੁੱਦਾ ਸੀਗਾ। ਅਸੀਂ ਉਹਨਾਂ ਡਰੱਗਸ ਦਾ ਡਿਸਕਸ ਕਰ ਰਹੇ ਹਾਂ, ਇਸ ਤੋਂ ਪਹਿਲਾਂ ਚੀਫ ਪੇਪਰਲਾ ਸੀਗਾ। ਸੋ ਅਸੀਂ ਭਗਤ ਸਿੰਘ ਹੋਣਾ ਨੂੰ, ਰਾਜਗੁਰੂ, ਸੁਖਦੇਵ ਨੂੰ, ਉਹਨਾਂ ਤਿੰਨਾਂ ਨੂੰ ਅਸੀਂ ਆਜ਼ਾਦ ਕੀਤਾ। ਅਸੀਂ ਜਿਹੜੇ ਕਰਤਾਰ ਸਿੰਘ ਸਰਾਭਾ ਦੇ ਨਾਂ 'ਤੇ ਜਿਹੜਾ ਏਅਰਪੋਰਟ ਰੱਖਿਆ, ਏਅਰਪੋਰਟ ਦਾ ਨਾਂ ਰੱਖਿਆ, ਉਹਨਾਂ ਨੂੰ ਯਾਦ ਕੀਤਾ। ਔਰ ਬੜੀ ਡਿਸਕਸ਼ਨ ਹੋਈ ਔਰ ਬੜੇ ਸੋਹਣੇ ਸਾਡੇ ਮੈਂਬਰ ਸਾਹਿਬਾਨ ਬਹੁਤ ਚੰਗੇ ਤਰੀਕੇ ਨਾਲ ਬੋਲੇ ਨੇ, ਬੜੀਆਂ ਸੋਹਣੀਆਂ ਗੱਲਾਂ ਕੀਤੀਆਂ। ਭਾਜਪਾ ਦੀ ਗੱਲ ਕਰ ਲਈਏ ਜਾਂ ਗੱਲ ਕਰ ਲਈਏ ਤਾਂ ਕਾਂਗਰਸ ਦੀ, ਕਹਿੰਦੇ ਬੀ ਟੀਮ ਬਣ ਕੇ ਕੰਮ ਕੀਤਾ ਜਾ ਰਿਹਾ, ਜੋ ਕੇਂਦਰ ਚਾਹੁੰਦਾ ਸੀ ਪੰਜਾਬ ਦੀ ਛਵੀ ਜਾਂ ਸਿੱਖਾਂ ਦੀ ਕਿਰਦਾਰ ਖੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਦੇਖੋ ਪਤਾ ਗੱਲ ਕੀ ਹੈ, ਤੁਹਾਨੂੰ ਮੈਂ ਨਿੱਕੀ ਜਿਹੀ ਗੱਲ ਦੱਸਾਂ, ਇੱਕ ਮਿੰਟ। ਜੋ ਹਾਲਾਤ ਬਣ ਰਹੇ ਸੀ ਨਾ, ਉਹਦੇ ਨਾਲ ਬਹੁਤ ਸਾਰੇ ਪੰਜਾਬੀ ਖੁਸ਼ ਨਹੀਂ ਸੀ ਹੈਗੇ, ਠੀਕ ਹੈ ਨਾ ਗੱਲ। ਬਿਕੋਜ਼ ਪੰਜਾਬ ਵਿੱਚ ਸਿਰਫ ਇੱਕ ਤਬਕਾ ਨਹੀਂ ਵੱਸਦਾ, ਪੰਜਾਬ ਬਹੁਤ ਸਾਰੇ ਲੋਕ ਵੱਸਦੇ ਨੇ, ਇੱਥੇ ਹਿੰਦੂ ਨੇ, ਇੱਥੇ ਕ੍ਰਿਸਚਨਸ ਨੇ, ਇੱਥੇ ਸਿੱਖ ਨੇ, ਸੋ ਇਹ ਸਾਰੇ ਰਹਿੰਦੇ ਨੇ ਕਮਿਊਨਿਟੀਜ਼। ਅਸੀਂ ਸਾਰੀ ਕਮਿਊਨਿਟੀਜ਼ ਨੂੰ ਨਾਲ ਲੈ ਕੇ ਚੱਲਣਾ ਹੁੰਦਾ। ਅਸੀਂ ਸਿਰਫ ਇੱਕੋ ਬੰਦਾ ਆਪਣਾ ਪੱਖ ਰੱਖੀ ਜਾਵੇ ਤਾਂ ਉਹ ਵੀ ਗੱਲ ਨਹੀਂ ਬਣਦੀ, ਫਿਰ ਦੂਜਿਆਂ ਵਾਸਤੇ ਪਰੇਸ਼ਾਨੀ ਆ ਜਾਂਦੀ ਹੈ। ਅਸੀਂ ਜੋ ਵੀ ਕਰਾਂਗੇ ਨਾ ਬੀ ਟੀਮ ਕਹਿਣਾ ਸਾਨੂੰ, ਪਰ ਮੇਰਾ ਖਿਆਲ ਜਿਹੋ ਜਿਹਾ ਜਿਹੜਾ ਐਕਸ਼ਨ ਲਿਆ ਮਾਨਸਾ ਦੀ ਸਰਕਾਰ ਨੇ, ਜਿਹਦੇ 'ਚ ਕੋਈ ਲਾਠੀ ਨਹੀਂ ਕਿਸੇ ਨੂੰ ਮਾਰੀ, ਕੋਈ ਵੱਟਾ ਨਹੀਂ ਮਾਰਿਆ, ਕੋਈ ਗੋਲੀ ਨਹੀਂ ਚੱਲੀ, ਔਰ ਇਹਨਾਂ ਨੇ ਇੱਕ ਜਿਹੜੀ ਕਿ ਬੜਾ ਖਤਰਨਾਕ ਰੂਪ ਇੱਕ ਧਾਰਨ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਇੱਕ ਮੂਵਮੈਂਟ, ਤਾਂ ਉਹਨੂੰ ਇੱਕਦਮ ਡਿਸਮੈਂਟਲ ਕਰਤਾ। ਅਤੇ ਇਹਦੀ ਤਾਰੀਫ ਹੋਣੀ ਚਾਹੀਦੀ, ਤੁਸੀਂ ਲੋਕ ਵੀ ਤਾਰੀਫ ਕਰਿਆ ਕਰੋ ਨਾ, ਤੁਸੀਂ ਕਦੇ ਤੁਸੀਂ ਹਮੇਸ਼ਾ ਕੁਐਸਚਨ ਹੀ ਕਰਦੇ ਰਹਿੰਦੇ ਹੋ, ਮਤਲਬ ਜਿੱਦਾਂ ਅਮਰਤਿਆ ਸੇਨ ਕਹਿੰਦੇ ਆਰਗੂਮੈਂਟੇਟਿਵ ਇੰਡੀਅਨਸ, ਅਸੀਂ ਆਰਗਿਊ ਕਰਦੇ ਰਹਿੰਦੇ ਸਾਰਾ ਦਿਨ, ਕਦੇ ਚੰਗੀ ਸਲਾਹ ਵੀ ਕਰਨੀ ਚਾਹੀਦੀ ਵੀ ਮਾਨ ਸਾਹਿਬ ਨੇ ਬਹੁਤ ਚੰਗਾ ਕੰਮ ਕੀਤਾ। ਇੱਕ ਦਹਿਸ਼ਤ ਦਾ ਮਾਹੌਲ ਵਿਰੋਧੀ ਪਾਰਟੀਆਂ ਲਗਾਤਾਰ ਕਹਿ ਰਹੀਆਂ ਕਿ ਪੰਜਾਬੀ ਵੀ ਡਰ ਰਹੇ ਨੇ, ਬਹੁਤ ਸਾਰੇ NRI ਜਾਂ ਬਾਹਰ ਜਿਹੜੇ ਬੈਠੇ ਨੇ ਸੂਬਿਆਂ 'ਚ, ਉਹ ਪੰਜਾਬ 'ਚ ਆਉਣ ਡਰਦੇ ਨੇ, ਜਿਸ ਤਰ੍ਹਾਂ ਖਬਰਾਂ ਲਗਾਤਾਰ ਪੰਜਾਬ ਦੇ ਵਿੱਚ ਪ੍ਰਾਂਟ ਹੋ ਰਹੀਆਂ ਨੇ, ਆਪਣੀ ਖਬਰਾਂ ਪੇਸ਼ ਕੀਤੀਆਂ ਜਾ ਰਹੀਆਂ। ਦੇਖੋ ਤੁਸੀਂ ਸਾਰੇ ਜਾਂਦੇ ਹੋ ਰਾਤ ਸਵੇਰੇ ਸ਼ਾਮ, ਤੁਸੀਂ ਚੱਲ ਰਹੇ, ਅਸੀਂ ਵੀ ਚੱਲ ਰਹੇ ਹਾਂ, ਕਿਤੇ ਕੋਈ ਦਿੱਕਤ ਨਹੀਂ ਹੈਗੀ, ਬਿਲਕੁਲ 0% ਦਿੱਕਤ ਨਹੀਂ ਹੈਗੀ, ਕਿਤੇ ਕੋਈ ਰੋਕ ਨਹੀਂ ਕਿਸੇ ਨੂੰ ਰਿਹਾ, ਕੋਈ ਚੈੱਕ ਨਹੀਂ ਕਿਸੇ ਨੂੰ ਕਰ ਰਿਹਾ ਆਮ ਬੰਦੇ ਨੂੰ। ਹਾਂ ਉਹ ਜੇ ਸ਼ੱਕੀ ਚੈੱਕ ਕਰ ਰਹੇ ਹੋਣਗੇ। ਸੋ ਮੇਰਾ ਤਾਂ ਨਹੀਂ ਖਿਆਲ ਇਹ ਹਾਲਾਤ ਤਾਂ ਬਿਲਕੁਲ ਹੀ ਮਾੜੇ ਨਹੀਂ ਹੈਗੇ, ਹਾਲਾਤ ਬਿਲਕੁਲ ਨੋਰਮਲ ਹਾਲਾਤ ਮੈਂ ਤਾਂ ਕਹਾਂਗਾ ਇਸ ਗੱਲਾਂ ਨੂੰ। ਔਰ ਕਿਉਂਕਿ ਅਸੀਂ ਗੱਲ ਨੂੰ ਵਧਾ ਦਿੰਦੇ ਨੇ, ਜਿਹਦੇ ਜਿਸ ਤਰ੍ਹਾਂ ਹੁਣ ਓਪੋਜੀਸ਼ਨ ਪਾਰਟੀਜ਼ ਕਰ ਰਹੀਆਂ ਨੇ, ਅਤੇ ਫਿਰ ਸਾਡੇ ਬਾਹਰਲੇ ਵੀਰ ਹੁੰਦੇ ਉਹ ਘਬਰਾ ਜਾਂਦੇ ਨੇ। ਡਾਕਟਰ ਸਾਹਿਬ ਇੱਕ ਗੱਲ ਕਰ ਲਈਏ, ਅਕਾਲੀ ਦਲ ਇਲਜ਼ਾਮ ਲਾ ਰਹੇ ਕਹਿੰਦੇ ਓਪਰੇਸ਼ਨ ਅੰਮ੍ਰਿਤਪਾਲ ਦੇ ਤਹਿਤ ਬਹੁਤ ਸਾਰੇ ਬੇਦੋਸ਼ੇ ਨੌਜਵਾਨ ਹੈ ਕਹਿੰਦੇ ਜਿਨ੍ਹਾਂ ਨੂੰ ਚੁੱਕਿਆ ਗਿਆ ਹੈਗਾ, ਔਰ ਕਹਿੰਦੇ ਉਹਨਾਂ ਦੇ ਕੇਸ ਅਸੀਂ ਲੜਨ ਲਈ ਤਿਆਰ ਹੈ। ਬਹੁਤ ਵੱਡਾ ਬਿਆਨ ਦੇ ਰਹੇ ਆ, ਕਿਉਂਕਿ ਇਹਨੂੰ ਪਤਾ ਨਹੀਂ ਹਲੇ ਕੌਣ ਬੇਦੋਸ਼ਾ ਕੌਣ ਨਹੀਂ ਹੈ, ਹਲੇ ਤਾਂ ਹੋਏ 3-4 ਦਿਨ ਨੇ ਸਾਰੀ ਗੱਲ ਨੂੰ। ਮੇਰੇ ਖਿਆਲ ਜਿਹੜੀ ਅੰਗਰੇਜ਼ੀ ਕਹਿੰਦਾ ਲੈਟ ਦਾ ਡਸਟ ਸੈਟਲ ਡਾਊਨ, ਸੋ ਮਿੱਟੀ ਬਹਿ ਲੈਣ ਦੇਣੀ ਚਾਹੀਦੀ ਹੈ, ਫਿਰ ਵੇਖੀਏ ਜੇ ਕੋਈ ਨਿਰਦੋਸ਼ ਹੈਗਾ ਸਰਕਾਰ ਆਪ ਹੀ ਛੱਡ ਦੇਗੀ ਉਹਨੂੰ।